ਕਾਮੇਡੀ ਕਿੰਗ ਕਪਿਲ ਸ਼ਰਮਾ ਵੱਲੋਂ ਅੱਜ ਦਿੱਲੀ ਦੇ ਹੋਟਲ ਮੋਰਿਆ ਦੇ ਵਿੱਚ 3rd ਰਿਸੈਪਸ਼ਨ ਪਾਰਟੀ ਕੀਤੀ ਜਾ ਰਹੀ ਹੈ ਜਿਸ ਦੀ ਪਹਿਲੀ ਤਸਵੀਰ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਪਰ ਸ਼ੇਅਰ ਕੀਤੀ ਹੈ। ਕਪਿਲ ਸ਼ਰਮਾ ਵੱਲੋਂ ਮੈਰਿਜ ਤੋਂ ਬਾਅਦ ਇਹ 3rd ਰਿਸੈਪਸ਼ਨ ਪਾਰਟੀ ਕੀਤੀ ਜਾ ਰਹੀ ਹੈ ਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣ ਵਾਲੇ ਨੇ। ਫਿਲਹਾਲ ਕਪਿਲ ਸ਼ਰਮਾ ਨੇ ਰਿਸੈਪਸ਼ਨ ਪਾਰਟੀ ਤੇ ਪਹੁੰਚ ਪਹਿਲੀ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕਰ ਦਿੱਤੀ ਹੈ।